ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟਲ ਇੰਡੀਆ ਤੋਂ। ਅੱਜ ਆਪਾਂ ਗੱਲ ਕਰਾਂਗੇ ਪ੍ਰੋਪਰਟੀ ਵੈਲਿਊਏਸ਼ਨ ਤੇ ਸੀ ਰਿਪੋਰਟ ਨੂੰ ਲੈ ਕੇ। ਕੋਈ ਵੀ ਬੰਦਾ ਜਦੋਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਦਾ ਹੈ, ਉਹਦੇ ਦਿਮਾਗ ਦੇ ਵਿੱਚ ਇੱਕ ਸਵਾਲ ਜ਼ਰੂਰ ਆਉਂਦਾ ਹੈ ਕਿ ਮੈਂ ਕਿਹੜੇ ਕਿਹੜੇ ਪੇਪਰ ਲਾਵਾਂ, ਇਸ ਤਰ੍ਹਾਂ ਦੇ ਮੈਂ ਕਿਹੜੇ ਪੇਪਰ ਦਿਖਾਵਾਂ ਕਿ ਮੇਰੀ ਜਿਹੜੀ ਫਾਈਲ ਹੈਗੀ ਹੈ ਉਹ ਸਟਰੋਂਗ ਹੋ ਜੇ। ਸੋ ਬੜੇ ਪੇਪਰ ਲੱਗਦੇ ਨੇ ਜਦੋਂ ਆਪਾਂ ਫਾਈਲ ਇਕੱਠੀ ਕਰਦੇ ਹੈਗੇ ਹਾਂ, ਫਾਈਲ ਬਣਾਉਂਦੇ ਹਾਂ, ਤਾਂ ਉਹਦੇ ਵਿੱਚ ਤੁਹਾਡੀ ITR ਵੀ ਲੱਗਦੀ ਹੈ, ਜੇ ਕੋਈ ਖੇਤੀਬਾੜੀ ਕਰਦਾ ਜੇ ਫਾਰਮ ਵੀ ਲੱਗਦੇ ਹੈਗੇ ਨੇ, ਜੇ ਗੌਰਮੈਂਟ ਜੋਬ 'ਤੇ ਹੈਗਾ ਤਾਂ ਫਾਰਮ 16 ਵੀ ਲੱਗਦਾ, ਬੈਂਕ ਸਟੇਟਮੈਂਟ ਵੀ ਲੱਗਦੀ ਹੈਗੀ ਹੈ, ਪ੍ਰੋਪਰਟੀ ਦੀ ਵੈਲਿਊਏਸ਼ਨ ਵੀ ਲੱਗਦੀ ਹੈਗੀ ਹੈ, ਔਰ ਹੋਰ ਵੀ ਕਈ ਤਰ੍ਹਾਂ ਦੇ ਪੇਪਰ ਲੱਗਦੇ ਨੇ। ਅੱਜ ਆਪਾਂ ਗੱਲ ਕਰਾਂਗੇ ਵੈਲਿਊਏਸ਼ਨ ਅਤੇ ਪ੍ਰੋਪਰਟੀ ਵੈਲਿਊਏਸ਼ਨ 'ਤੇ ਔਰ ਸੀ ਏ ਰਿਪੋਰਟ 'ਤੇ। ਇਹ ਦੋ ਚੀਜ਼ਾਂ ਨੇ ਦੋਸਤੋ, ਇੱਕ ਆਪਾਂ ਕਹਿ ਦਿੰਦੇ ਕਿ ਸੀ ਏ ਦੀ ਰਿਪੋਰਟ ਲਾ ਦਿਉ, ਇੱਕ ਆਪਾਂ ਕਹਿ ਦਿੰਦੇ ਕਿ ਪ੍ਰੋਪਰਟੀ ਦੀ ਵੈਲਿਊਏਸ਼ਨ। ਜੇ ਆਪਾਂ ਪ੍ਰੋਪਰਟੀ ਦੀ ਪ੍ਰੋਪਰ ਵੈਲਿਊਏਸ਼ਨ ਕਰਾਉਣਾ ਚਾਹੁੰਦੇ ਤਾਂ ਸਾਨੂੰ ਕਿਸੇ ਵੈਲਿਊਏਟਰ ਤੋਂ, ਜਿਹੜਾ ਕੋਈ ਰੈਕੋਗਨਾਈਜ਼ ਵੈਲਿਊਏਟਰ ਹੈਗਾ, ਉਸ ਤੋਂ ਆਪਣੀ ਜਿਹੜੀ ਪ੍ਰੋਪਰਟੀ ਦੀ ਵੈਲਿਊ ਆਪਾਂ ਨੂੰ ਪਾਉਣੀ ਪੈਂਦੀ ਹੈ। ਬਟ ਉਹ ਕੋਸਟਲੀ ਹੁੰਦੀ ਹੈਗੀ ਹੈ, ਕਿਉਂਕਿ ਜਿਹੜੇ ਵੈਲਿਊਏਟਰ ਨੇ ਉਹ ਤੁਹਾਡੇ ਤੋਂ 8-10 ਹਜ਼ਾਰ ਰੁਪਈਆ ਜਿਹੜਾ ਹੈਗਾ ਉਸ ਚੀਜ਼ ਦਾ ਲੈ ਲੈਂਦੇ ਨੇ। ਕਰਨਾ ਕੀ ਹੁੰਦਾ, ਆਪਾਂ ਵੈਲਿਊਏਟਰ ਤੋਂ ਵੈਲਿਊ ਨਾ ਪਵਾ ਕੇ ਸੀ ਏ ਰਿਪੋਰਟ ਦੇ ਵਿੱਚ ਵੀ ਆਪਣੀ ਪ੍ਰੋਪਰਟੀ ਦੀ ਵੈਲਿਊਏਸ਼ਨ ਜਿਹੜੀ ਹੈਗੀ ਹੈ ਉਹ ਸ਼ੋਅ ਕਰ ਸਕਦੇ ਹਾਂ। ਹਰ ਬੰਦੇ ਨੂੰ ਪਤਾ ਹੁੰਦਾ ਕਿ ਕਿਸ ਏਰੀਏ ਦੇ ਵਿੱਚ ਜ਼ਮੀਨ ਦਾ ਕੀ ਭਾਅ ਹੈ, ਪਲਾਟ ਦਾ ਕੀ ਭਾਅ ਹੈ, ਜੇ ਦੁਕਾਨ ਹੈ ਉਹਦਾ ਕੀ ਭਾਅ ਹੈ, ਕੋਠੀ ਦਾ ਕੀ ਭਾਅ, ਮਕਾਨ ਦਾ ਕੀ ਭਾਅ, ਅਤੇ ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਹੈ ਉਹਦਾ ਕੀ ਭਾਅ ਹੈ। ਸੋ ਤੁਸੀਂ ਕਰਨਾ ਕੀ ਹੈ ਕਿ ਸੀ ਏ ਦੀ ਜਿਹੜੀ ਰਿਪੋਰਟ ਹੈਗੀ ਉਹ ਸਸਤੇ 'ਚ ਬਣ ਜਾਂਦੀ ਹੈ, ਕਿਉਂਕਿ ਦੇਖੋ ਵੀਜ਼ਾ ਤੁਸੀਂ ਆਪਣੇ ਡਾਕੂਮੈਂਟ ਪੂਰੇ ਕਰਨੇ ਹੁੰਦੇ ਨੇ, ਵੀਜ਼ਾ ਦੇਣਾ ਨਾ ਦੇਣਾ ਇਹ ਵੀਜ਼ਾ ਅਫਸਰ ਦੇ ਹੱਥ 'ਚ ਹੁੰਦਾ, ਇਸ ਕਰਕੇ ਕੋਸ਼ਿਸ਼ ਕਰੋ ਕਿ ਸਾਡਾ ਘੱਟ ਤੋਂ ਘੱਟ ਪੈਸਾ ਵੀਜ਼ੇ 'ਤੇ ਇਨਵੈਸਟ ਹੋਏ, ਯਾਨੀ ਕਿ ਲੱਗੇ। ਜੇ ਕੱਲ੍ਹ ਤੁਹਾਡਾ ਵੀਜ਼ਾ ਰਿਜੈਕਟ ਵੀ ਹੋ ਜਾਂਦਾ ਹੈ ਤਾਂ ਕਿ ਤੁਹਾਨੂੰ ਇਸ ਚੀਜ਼ ਦਾ ਦੁੱਖ ਨਾ ਹੋਵੇ ਕਿ ਅਸੀਂ ਬਹੁਤ ਸਾਰੇ ਪੈਸੇ ਲਾ ਦਿੱਤੇ ਨੇ। ਸੋ ਵੈਲਿਊਏਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਹੁੰਦੀ, ਤੁਸੀਂ ਜਿਹੜੀ ਜ਼ਮੀਨ ਦੀ ਵੈਲਿਊ ਹੈਗੀ ਹੈ ਜਾਂ ਮਕਾਨ ਦੀ, ਦੁਕਾਨ ਦੀ, ਪਲਾਟ ਦੀ ਜਿੰਨੀ ਵੈਲਿਊ ਬਣਦੀ ਹੈਗੀ ਹੈ ਉਹ ਸੀ ਏ ਤੋਂ ਮੈਂਸ਼ਨ ਕਰਾ ਕੇ ਟੋਟਲ ਵੈਲਿਊ ਪਾ ਲਿਓ। ਫਰਜ਼ ਕਰੋ ਤੁਹਾਡੇ ਕੋਲ 4 ਕਿੱਲੇ ਜ਼ਮੀਨ ਹੈ, 1 ਕਿੱਲੇ ਦੀ 25 ਲੱਖ ਵੈਲਿਊ ਹੈਗੀ ਹੈ, 25 × 4 1 ਕਰੋੜ ਰੁਪਏ ਦੀ ਤੁਹਾਡੇ ਕੋਲ ਜ਼ਮੀਨ ਹੋ ਗਈ, 30-40 ਲੱਖ ਦਾ ਘਰ ਹੋ ਗਿਆ, ਜੇ ਕੋਈ ਪਲਾਟ ਹੈ ਉਹਦਾ ਟੋਟਲ ਇੰਨਾ। ਸੋ ਸੀ ਏ ਦੀ ਰਿਪੋਰਟ ਵੀ ਸਫੀਸ਼ੈਂਟ ਹੁੰਦੀ ਹੈਗੀ ਹੈ। ਔਰ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਵੈਲਿਊਏਸ਼ਨ ਹੀ ਪਵਾਉਣੀ ਹੈ, ਪਵਾ ਸਕਦੇ ਹੋ, ਪਰ ਜਿਹੜਾ ਬੰਦਾ ਅਫੋਰਡ ਕਰ ਸਕਦਾ ਹੈਗਾ ਉਹ ਸੀ ਏ ਰਿਪੋਰਟ ਆਪਣਾ ਵੈਲਿਊਏਸ਼ਨ ਵੀ ਕਰਾ ਸਕਦਾ, ਅਦਰਵਾਈਜ਼ ਤੁਹਾਨੂੰ ਸੀ ਏ ਦੀ ਰਿਪੋਰਟ ਨਾਲੇ ਸਰ ਜਾਂਦਾ ਹੈਗਾ। ਜ਼ਰੂਰੀ ਕਿਉਂ ਹੁੰਦੀ ਹੈਗੀ ਹੈ? ਜ਼ਰੂਰੀ ਇਸ ਕਰਕੇ ਹੁੰਦੀ ਹੈ ਕਿਉਂਕਿ ਆਪਾਂ ਨੂੰ ਇਹ ਅੰਬੈਸੀ ਨੂੰ ਇਹ ਚੀਜ਼ ਦਿਖਾਉਣੀ ਪੈਂਦੀ, ਵੀਜ਼ਾ ਅਫਸਰ ਨੂੰ ਦਿਖਾਉਣੀ ਪੈਂਦੀ ਹੈ ਕਿ ਮੇਰੇ ਕੋਲ ਐਸੈਟਸ ਵੀ ਹੈਗੇ ਨੇ, ਠੀਕ ਹੈ, ਮੈਂ ਕੰਮ ਵੀ ਕਰਦਾ, ਮੈਂ ਕੋਈ ਜੋਬ ਕਰਦਾ, ਜਾਂ ਮੈਂ ਬਿਜ਼ਨਸ ਕਰਦਾ, ਜਾਂ ਮੈਂ ਕੋਈ ਸਰਕਾਰੀ ਜੋਬ ਹੈ ਮੇਰੇ ਕੋਲ, ਜਾਂ ਮੈਂ ਖੇਤੀਬਾੜੀ ਕਰਦਾ, ਇਸ ਦੇ ਨਾਲ ਨਾਲ ਮੇਰੇ ਕੋਲ ਐਸੈਟਸ ਵੀ ਹੈਗੇ ਨੇ। ਕਿਉਂਕਿ ਜਦੋਂ ਤੁਸੀਂ ਆਪਦਾ ਵੀਜ਼ਾ ਅਪਲਾਈ ਕਰਦੇ ਹੋ ਨਾ, ਤਾਂ ਜਿਹੜੇ ਇਹਦੇ ਰਿਫਿਊਜ਼ਲ ਵਾਲੇ ਪੱਖ ਨੇ ਤੁਹਾਨੂੰ ਪਹਿਲਾਂ ਉਹ ਵਿਚਾਰਨੇ ਚਾਹੀਦੇ ਨੇ ਕਿਹਨਾਂ ਕਿਹਨਾਂ ਚੀਜ਼ਾਂ ਨੂੰ ਲੈ ਕੇ ਰਿਫਿਊਜ਼ਲ ਆਉਂਦੀ ਹੈ। ਜੇ ਆਪਾਂ ਕੈਨੇਡਾ ਦੀ ਗੱਲ ਕਰੀਏ, ਤੁਹਾਡੇ ਫੈਮਿਲੀ ਟਾਈਜ਼ ਨੂੰ ਲੈ ਕੇ ਰਿਫਿਊਜ਼ਲ ਆਉਂਦੀ ਹੈਗੀ ਹੈ, ਤੁਹਾਡੀ ਇਨਕਮ ਨੂੰ ਲੈ ਕੇ ਰਿਫਿਊਜ਼ਲ ਆਉਂਦੀ ਹੈਗੀ ਹੈ, ਪਰਪਸ ਔਫ ਵਿਜ਼ਿਟ ਨੂੰ ਲੈ ਕੇ ਰਿਫਿਊਜ਼ਲ ਆਉਂਦੀ ਹੈਗੀ ਹੈ, ਟਰੈਵਲ ਹਿਸਟਰੀ ਨੂੰ ਲੈ ਕੇ ਰਿਫਿਊਜ਼ਲ ਆਉਂਦੀ ਹੈ, ਜਾਂ ਪਰਸਨਲ ਐਸਟ ਅਤੇ ਫਾਈਨੈਂਸ਼ੀਅਲ ਸਟੇਟਸ ਨੂੰ ਲੈ ਕੇ ਰਿਫਿਊਜ਼ਲ ਆਉਂਦੀ ਹੈ। ਇਹਦੇ ਵਿੱਚ ਜਿਹੜੀ ਕਲੋਜ਼ ਹੁੰਦੀ ਪਰਸਨਲ ਐਸਟ ਅਤੇ ਫਾਈਨੈਂਸ਼ੀਅਲੀ ਸਟੇਟਸ, ਪਰਸਨਲ ਐਸਟ ਦਾ ਮਤਲਬ ਹੈ ਵੀ ਤੁਹਾਡੇ ਕੋਲ ਪ੍ਰੋਪਰਟੀ ਕੀ ਹੈਗੀ ਹੈ। ਸੋ ਅੰਬੈਸੀ ਵੀ ਦੇਖਣਾ ਚਾਹੁੰਦੀ ਹੈ ਵੀ ਇਸ ਬੰਦੇ ਦੇ ਪੱਲੇ ਕੀ ਹੈ, ਵੀ ਕੀ ਹੈ ਜੇ ਇਹਨੂੰ ਵੀਜ਼ਾ ਮਿਲ ਜਾਂਦਾ, ਕਿ ਇਹ ਵਾਪਸ ਮੁੜ ਕੇ ਆ ਜਾਏਗਾ। ਕਿਸੇ ਵੀ ਕੰਟਰੀ ਨੂੰ ਵੀਜ਼ਾ ਦੇਣ ਦੇ ਵਿੱਚ ਕੋਈ ਦਿੱਕਤ ਨਹੀਂ ਹੁੰਦੀ, ਦਿੱਕਤ ਇਹ ਹੁੰਦੀ ਹੈ ਕਿ ਤੁਸੀਂ ਵਾਪਸ ਮੁੜੋਗੇ, ਉੱਥੇ ਤਾਂ ਨਹੀਂ ਰਹਿ ਜੂੰਗੇ। ਸੋ ਇਹ ਪੱਖ ਦਿਖਾਉਣਾ ਬੜਾ ਜ਼ਰੂਰੀ ਹੁੰਦਾ, ਭਾਵੇਂ ਕਿਸੇ ਕੋਲ 2 ਕਿੱਲੇ ਜ਼ਮੀਨ, ਭਾਵੇਂ ਕੋਲ ਸਿਰਫ ਕਿਸੇ ਕੋਲ ਮਕਾਨ ਹੈ ਜਾਂ ਸਿਰਫ ਦੁਕਾਨ ਹੈ, ਤੁਸੀਂ ਦਿਖਾਓ ਜ਼ਰੂਰ। ਸੋ ਤੁਸੀਂ ਸੀ ਰਿਪੋਰਟ ਬਣਾਓ, ਠੀਕ ਹੈ, ਸੀ ਏ ਰਿਪੋਰਟ ਦੇ ਵਿੱਚ ਹੀ ਤੁਸੀਂ ਆਪਦੀ ਜਿਹੜੀ ਪ੍ਰੋਪਰਟੀ ਦੀ ਵੈਲਿਊ ਪਵਾ ਸਕਦੇ ਹੈਗੇ ਹੋ। ਸੋ ਵੈਲਿਊਏਸ਼ਨ ਅਲੱਗ ਤੋਂ ਪਵਾਉਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਵੈਲਿਊਏਸ਼ਨ ਇੱਕ ਲੰਬਾ ਪ੍ਰੋਸੈਸ ਹੈ। ਕਈ ਲੋਕ ਹੈ ਹੁਣ ਜਿਹੜੇ, ਕਈ ਵੈਲਿਊਏਟਰ ਨੇ ਉਹ ਬਗੈਰ ਦੇਖਿਆਂ ਤੋਂ ਵੈਲਿਊ ਨਹੀਂ ਕਰਦੇ, ਤੁਹਾਨੂੰ ਪਹਿਲਾਂ ਉਹਨੂੰ ਬੁਲਾਉਣਾ ਪਏਗਾ, ਉਹਨੂੰ ਆਉਣ ਦਾ ਖਰਚਾ ਦੇਣਾ ਪਏਗਾ, ਇਹਨੂੰ ਲੈ ਕੇ ਆਉਣਾ ਪਏਗਾ ਆਪਣੇ ਘਰ ਜ਼ਮੀਨ ਤੱਕ, ਫਿਰ ਉਹ ਮੌਕਾ ਦੇਖ ਕੇ ਫੋਟੋ ਖਿੱਚ ਕੇ ਲੈ ਕੇ ਜਾਂਦਾ ਹੈਗਾ, ਫਿਰ ਇਹਦੀ ਵੈਲਿਊ ਕਰਦਾ ਹੈਗਾ, ਜਾਂ ਜਿਹੜੇ ਉੱਦਾਂ ਵੀ ਅੰਦਾਜ਼ ਨਾਲ ਵੈਲਿਊ ਕਰਦੇ ਨੇ ਉਹ ਵੀ ਤੁਹਾਡੇ ਤੋਂ ਮੋਟੇ ਪੈਸੇ ਲੈ ਲੈਂਦੇ ਨੇ। ਸੋ ਇਸ ਕਰਕੇ ਵੈਲਿਊਏਸ਼ਨ ਦੀ ਜ਼ਰੂਰਤ ਨਹੀਂ ਹੁੰਦੀ, ਸੀ ਰਿਪੋਰਟ 'ਚ ਤੁਸੀਂ ਉਹਦੀ ਵੈਲਿਊ ਦਿਖਾ ਕੇ ਤੁਹਾਡਾ ਕੰਮ ਜਿਹੜਾ ਹੈਗਾ ਚੱਲ ਸਕਦਾ। ਉਮੀਦ ਕਰਦਾ ਮੇਰੇ ਦੁਆਰਾ ਦਿੱਤੀ ਹੋਈ ਜਾਣਕਾਰੀ ਤੋਂ ਤੁਸੀਂ ਸੰਤੁਸ਼ਟ ਹੋਵੋਗੇ। ਹੋਰ ਵਧੇਰੇ ਜਾਣਕਾਰੀ ਤੁਸੀਂ ਸਕਰੀਨ 'ਤੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਧੰਨਵਾਦ, ਸਤਿ ਸ਼੍ਰੀ ਅਕਾਲ।